ਸਨੈਚਿੰਗ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ ਹੈ। ਹੁਣ ਮਹਿਲਾਵਾਂ ਬੱਸ ਸਟਾਪ ਤੇ ਖੜੀਆਂ ਵੀ ਸੇਫ ਨਹੀਂ ਨੇ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਸਵਿਫਟ ਕਾਰ ਦੇ ਵਿੱਚ ਨੌਜਵਾਨ ਚੋਰ ਨੇ ਜਿਨ੍ਹਾਂ ਦੇ ਵੱਲੋਂ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਹ ਔਰਤ ਜੋ ਬੱਸ ਸਟਾਪ ਤੇ ਖੜੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਕਾਰ ਸਵਾਰ ਉਸਦੇ ਕੋਲ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਹੱਥ ਬਾਹਰ ਕੱਢਿਆ ਤੇ ਮਹਿਲਾ ਦਾ ਪਰਸ ਖੋਲਿਆ। ਮਹਿਲਾ ਨੇ ਨਹੀਂ ਛੱਡਿਆ ਤਾਂ ਉਸਨੂੰ ਧੂ ਕੇ ਹੀ ਲੈ ਗਏ। ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਅੱਗੇ ਜਾ ਕੇ ਇਹ ਮਹਿਲਾ ਮੁੱਦੇ ਮੂੰਹ ਸੜਕ ਤੇ ਡਿੱਗ ਪਈ। ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਇਹਨਾਂ ਲੁਟੇਰਿਆਂ ਨੂੰ ਕਿਸੇ ਦਾ ਕੋਈ ਡਰ ਨਹੀਂ। ਦਿਨ ਦਿਹਾੜੇ ਇਹਨਾਂ ਦੇ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਮਹਿਲਾ ਨੂੰ ਕਾਰ ਦੇ ਨਾਲ ਧੂੰਦੇ ਹੋਏ ਲਿਜਾ ਰਹੇ ਨੇ ਔਰ ਇਹ ਤਸਵੀਰਾਂ ਮੰਡੀ ਤੋਂ ਸਾਹਮਣੇ ਆਈਆਂ ਨੇ। ਪਹਿਲਾਂ ਕਾਰ ਰੁਕਦੀ ਹੈ, ਫਿਰ ਕਾਰ ਦੇ ਵਿੱਚ ਬੈਠਾ ਇੱਕ ਸ਼ਖਸ ਹੱਥ ਬਾਹਰ ਕੱਢਦਾ ਤੇ ਬੱਸ ਦੀ ਵੇਟ ਕਰ ਰਹੀ ਮਹਿਲਾ ਦਾ ਸਮਾਨ ਝਪਟਣ ਦੀ ਕੋਸ਼ਿਸ਼ ਕਰਦਾ। ਮਹਿਲਾ ਪਰਸ ਨਹੀਂ ਛੱਡਦੀ ਤੇ ਕਾਰ ਨੂੰ ਭਜਾ ਲੈਂਦੇ ਨੇ। ਥੋੜਾ ਸਮਾਂ ਅੱਗੇ ਜਾ ਕੇ ਮਹਿਲਾ ਮੁੱਦੇ ਮੂੰਹ ਜ਼ਮੀਨ ਤੇ ਡਿੱਗ ਜਾਂਦੀ ਹੈ। ਮੰਡੀ ਦੇ ਜੋਗਿੰਦਰ ਨਗਰ ਬਾਜ਼ਾਰ ਦੀ ਇਹ ਘਟਨਾ ਹੈ। ਕਾਰ ਸਵਾਰਾਂ ਨੇ ਮਹਿਲਾ ਤੇ ਇੱਕ ਹੋਮਗਾਰਡ ਦੇ ਜਵਾਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਅੱਗੇ ਜਾ ਕੇ ਇਹਨਾਂ ਤਿੰਨੇ ਨੌਜਵਾਨਾਂ ਨੂੰ ਘੇਰਾ ਪਿਆ ਤੇ ਇਹਨਾਂ ਨੂੰ ਫੜ ਲਿਆ ਗਿਆ। ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੰਡੀ ਪਠਾਨਕੋਟ ਹਾਈਵੇ ਦੀਆਂ ਇਹ ਤਸਵੀਰਾਂ ਨੇ। ਯੂਪੀ ਨੰਬਰ ਸਵਿਫਟ ਕਾਰ ਦੇ ਵਿੱਚ ਇਹ ਲੁਟੇਰੇ ਬੈਠੇ ਹੋਏ ਸੀ, ਜਿਨ੍ਹਾਂ ਦੇ ਵੱਲੋਂ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਬੱਸ ਦਾ ਇੰਤਜ਼ਾਰ ਕਰ ਰਹੀ ਮਹਿਲਾ ਦਾ ਪਰਸ ਖੋ ਕੇ ਭੱਜ ਰਹੇ ਸੀ। ਮਹਿਲਾ ਨੇ ਨਹੀਂ ਛੱਡਿਆ, ਉਸਨੂੰ ਨਾਲ ਹੀ ਘਸੀਟਦੇ ਹੋਏ ਅੱਗੇ ਤੱਕ ਲੈ ਆਏ। ਫਿਰ ਮਹਿਲਾ ਮੁੱਦੇ ਮੂੰਹ ਜ਼ਮੀਨ ਤੇ ਡਿੱਗ ਪਈ। ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਕਾਰ ਦਾ ਟਾਇਰ ਇਸ ਮਹਿਲਾ ਦੇ ਉੱਪਰ ਨਹੀਂ ਚੜਿਆ ਤਾਂ ਪੂਰੀ ਵਾਰਦਾਤ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਸਨੈਚਿੰਗ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ ਹੈ। ਹੁਣ ਮਹਿਲਾਵਾਂ ਬੱਸ ਸਟਾਪ ਤੇ ਖੜੀਆਂ ਵੀ ਸੇਫ ਨਹੀਂ ਨੇ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਸਵਿਫਟ ਕਾਰ ਦੇ ਵਿੱਚ ਨੌਜਵਾਨ ਚੋਰ ਨੇ ਜਿਨ੍ਹਾਂ ਦੇ ਵੱਲੋਂ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਹ ਔਰਤ ਜੋ ਬੱਸ ਸਟਾਪ ਤੇ ਖੜੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਕਾਰ ਸਵਾਰ ਉਸਦੇ ਕੋਲ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਹੱਥ ਬਾਹਰ ਕੱਢਿਆ ਤੇ ਮਹਿਲਾ ਦਾ ਪਰਸ ਖੋਲਿਆ। ਮਹਿਲਾ ਨੇ ਨਹੀਂ ਛੱਡਿਆ ਤਾਂ ਉਸਨੂੰ ਧੂ ਕੇ ਹੀ ਲੈ ਗਏ। ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਅੱਗੇ ਜਾ ਕੇ ਇਹ ਮਹਿਲਾ ਮੁੱਦੇ ਮੂੰਹ ਸੜਕ ਤੇ ਡਿੱਗ ਪਈ। ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਇਹਨਾਂ ਲੁਟੇਰਿਆਂ ਨੂੰ ਕਿਸੇ ਦਾ ਕੋਈ ਡਰ ਨਹੀਂ। ਦਿਨ ਦਿਹਾੜੇ ਇਹਨਾਂ ਦੇ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਮਹਿਲਾ ਨੂੰ ਕਾਰ ਦੇ ਨਾਲ ਧੂੰਦੇ ਹੋਏ ਲਿਜਾ ਰਹੇ ਨੇ ਔਰ ਇਹ ਤਸਵੀਰਾਂ ਮੰਡੀ ਤੋਂ ਸਾਹਮਣੇ ਆਈਆਂ ਨੇ। ਪਹਿਲਾਂ ਕਾਰ ਰੁਕਦੀ ਹੈ, ਫਿਰ ਕਾਰ ਦੇ ਵਿੱਚ ਬੈਠਾ ਇੱਕ ਸ਼ਖਸ ਹੱਥ ਬਾਹਰ ਕੱਢਦਾ ਤੇ ਬੱਸ ਦੀ ਵੇਟ ਕਰ ਰਹੀ ਮਹਿਲਾ ਦਾ ਸਮਾਨ ਝਪਟਣ ਦੀ ਕੋਸ਼ਿਸ਼ ਕਰਦਾ। ਮਹਿਲਾ ਪਰਸ ਨਹੀਂ ਛੱਡਦੀ ਤੇ ਕਾਰ ਨੂੰ ਭਜਾ ਲੈਂਦੇ ਨੇ। ਥੋੜਾ ਸਮਾਂ ਅੱਗੇ ਜਾ ਕੇ ਮਹਿਲਾ ਮੁੱਦੇ ਮੂੰਹ ਜ਼ਮੀਨ ਤੇ ਡਿੱਗ ਜਾਂਦੀ ਹੈ। ਮੰਡੀ ਦੇ ਜੋਗਿੰਦਰ ਨਗਰ ਬਾਜ਼ਾਰ ਦੀ ਇਹ ਘਟਨਾ ਹੈ। ਕਾਰ ਸਵਾਰਾਂ ਨੇ ਮਹਿਲਾ ਤੇ ਇੱਕ ਹੋਮਗਾਰਡ ਦੇ ਜਵਾਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਅੱਗੇ ਜਾ ਕੇ ਇਹਨਾਂ ਤਿੰਨੇ ਨੌਜਵਾਨਾਂ ਨੂੰ ਘੇਰਾ ਪਿਆ ਤੇ ਇਹਨਾਂ ਨੂੰ ਫੜ ਲਿਆ ਗਿਆ। ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੰਡੀ ਪਠਾਨਕੋਟ ਹਾਈਵੇ ਦੀਆਂ ਇਹ ਤਸਵੀਰਾਂ ਨੇ। ਯੂਪੀ ਨੰਬਰ ਸਵਿਫਟ ਕਾਰ ਦੇ ਵਿੱਚ ਇਹ ਲੁਟੇਰੇ ਬੈਠੇ ਹੋਏ ਸੀ, ਜਿਨ੍ਹਾਂ ਦੇ ਵੱਲੋਂ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਬੱਸ ਦਾ ਇੰਤਜ਼ਾਰ ਕਰ ਰਹੀ ਮਹਿਲਾ ਦਾ ਪਰਸ ਖੋ ਕੇ ਭੱਜ ਰਹੇ ਸੀ। ਮਹਿਲਾ ਨੇ ਨਹੀਂ ਛੱਡਿਆ, ਉਸਨੂੰ ਨਾਲ ਹੀ ਘਸੀਟਦੇ ਹੋਏ ਅੱਗੇ ਤੱਕ ਲੈ ਆਏ।
ਫਿਰ ਮਹਿਲਾ ਮੁੱਦੇ ਮੂੰਹ ਜ਼ਮੀਨ ਤੇ ਡਿੱਗ ਪਈ। ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਕਾਰ ਦਾ ਟਾਇਰ ਇਸ ਮਹਿਲਾ ਦੇ ਉੱਪਰ ਨਹੀਂ ਚੜਿਆ ਤਾਂ ਪੂਰੀ ਵਾਰਦਾਤ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ।